ਚਿਤੌੜ ਦੇ ਕੋਲ ਪਿੰਡ ਕਤਪਾਲੋਂ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਨਵੇਂ ਬਣੇ ਸਰਪੰਚ ਸੁਰਿੰਦਰ ਪਾਲ ਨੇ ਇੱਕ ਵੀਡੀਓ ਕਲਿੱਪ ਵਿੱਚ ਇਹ ਕਿਹਾ ਹੈ ਕਿ ਮੈਂ ਪੈਸਿਆਂ ਨਾਲ ਵੋਟਾਂ ਖਰੀਦੀਆਂ ਹਨ ਅਤੇ ਵੋਟਾਂ ਪਾਉਣ ਲਈ ਮੈਂ ਲੋਕਾਂ ਨੂੰ ਪੈਸੇ ਦਿੱਤੇ। ਆਓ ਵੇਖੀਏ ਸਭ ਤੋਂ ਪਹਿਲਾਂ ਉਹ ਕਲਿੱਪ। ਵਸਨੀਕ ਤਰਸੇਮ ਲਾਲ, ਜਗਤਾਰ ਲਾਲ ਜੋ ਸਰਪੰਚੀ ਦੇ ਉਮੀਦਵਾਰ ਸੀਗੇ, ਉਹਨਾਂ ਨੇ ਕਿਹਾ ਹੈ ਕਿ ਉਸੀ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਕਲਿੱਪ ਦੀ ਜਾਂਚ ਕੀਤੀ ਜਾਏ। ਦੂਸਰੇ ਪਾਸੇ ਜਦੋਂ ਪਿੰਡ ਵਾਸੀਆਂ ਵੱਲੋਂ ਸਰਪੰਚ ਸੁਰਿੰਦਰ ਪਾਲ 'ਤੇ ਲਾਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ। ਪਿੰਡ ਵਾਸੀਆਂ ਨੇ ਮੈਨੂੰ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਕਰਕੇ ਦੁਬਾਰਾ ਚੁਣਿਆ ਹੈ। ਮੈਂ ਪਿੰਡ ਕਤਪਾਲੋਂ ਤਰਸੇਮ ਲਾਲ, ਵਾਈਫ ਮੇਰੀ ਸੰਦੀਪ ਕੌਰ, ਅਸੀਂ ਚੋਣ ਲੜੀ ਸਰਪੰਚੀ ਦੀ ਜੀ। ਅਤੇ ਜਿਹੜੀ ਵੀਡੀਓ ਵਾਇਰਲ ਕੀਤੀ ਸੁਰਿੰਦਰ ਪਾਲ ਲਾਡੀ ਨੇ ਸਰਪੰਚ ਹੁਣ ਜਿਹੜਾ ਬਣਿਆ ਜੀ, ਉਹਨੇ ਵੀਡੀਓ ਵਾਇਰਲ ਦੇ ਵਿੱਚ ਇਹ ਵਿਸ਼ਵਾਸਘਾਤ ਕੀਤਾ ਲੋਕਾਂ ਨਾਲ, ਜਿੱਤੇ ਹੋਏ ਲੋਕਾਂ ਨਾਲ, ਕਿ ਮੈਂ ਇਹ ਜਿੱਤਿਆ ਪੈਸੇ ਨਾਲ, ਲੋਕਾਂ ਨੂੰ ਜਿੱਤਿਆ ਆ ਪੈਸੇ ਨਾਲ ਜਿੱਤ ਕੇ ਜੀ। ਵੀਡੀਓ ਵਾਇਰਲ 5-4 ਲੱਖ ਦੀ ਆਵਾਜ਼ ਆਈ ਆ ਜੀ, ਜਦਕਿ ਚੋਣ ਕਮਿਸ਼ਨ ਦੀ ਹਦਾਇਤ ਹੈ ਕਿ 30,000 ਤੋਂ ਵੱਧ ਇਹ ਸਰਪੰਚ ਨਹੀਂ ਕਰ ਸਕਦਾ। ਉਹਨੇ 5-4 ਲੱਖ ਦੀ ਆਵਾਜ਼, ਵੀਡੀਓ ਰਿਕਾਰਡ ਹੈ ਔਰ ਵੀਡੀਓ ਅਸੀਂ ਕਲਿੱਪ ਵੀ ਬਣਾ ਲਿਆ, ਉਹ ਪੇਸ਼ ਕੀਤਾ ਗਾ, ਉਹਦੀ ਜਾਂਚ ਕੀਤੀ ਜਾਵੇ ਚੋਣ ਕਮਿਸ਼ਨ ਵੱਲੋਂ ਔਰ ਇਹ ਚੋਣ ਨੂੰ ਰੱਦ ਕੀਤਾ ਜਾਵੇ, ਸਾਡੀ ਇਹੋ ਹੀ ਮੰਗ ਆ ਜੀ। ਸਰਪੰਚ ਸਾਹਿਬ, ਤੁਸੀਂ ਪਿੰਡ ਕਤਪਾਲੋਂ ਦੇ ਸਰਪੰਚ ਹੈਗੇ ਹੋ, ਹਾਂਜੀ ਸਰ, ਠੀਕ ਹੈ ਨਾ, ਅਤੇ ਇੱਕ ਰਾਤੇ ਦਾ ਤੁਹਾਡਾ ਇੱਕ ਵੀਡੀਓ ਵਾਇਰਲ ਹੋਇਆ ਹੈਗਾ, ਠੀਕ ਹੈ ਨਾ, ਜਿਹਦੇ ਵਿੱਚ ਤੁਸੀਂ 4-5 ਬੰਦੇ ਬੈਠੇ, ਤੁਸੀਂ ਆਪਣੇ ਇੰਜੋਏ ਕਰਦੇ ਕੀ ਕਰਦੇ, ਉਹ 'ਚ ਤੁਸੀਂ ਇਹ ਵੀ ਬੋਲ ਰਹੇ ਹਾਂ ਵੀ ਅਸੀਂ 5 ਲੱਖ ਤੋਂ ਵੱਧ ਅਸੀਂ ਰੁਪਈਆ ਖਰਚਿਆ ਸਰਪੰਚੀ ਦੇ ਉੱਤੇ ਸਰਪੰਚੀ ਲੈਣ ਲਈ, ਅਤੇ ਅਸੀਂ 8 ਲੱਖ ਨੂੰ ਆਹ ਵੋਟ ਖਰੀਦੀ ਹੈਗੀ ਆ, ਜਦਕਿ ਚੋਣ ਕਮਿਸ਼ਨ ਵੱਲੋਂ 30,000 ਰੁਪਇਆ ਪਰ ਸਰਪੰਚ ਨੂੰ ਖਰਚਣ ਦੇ ਆਦੇਸ਼ ਹੈਗੇ ਆ, ਅਤੇ ਤੁਸੀਂ 5 ਲੱਖ ਤੋਂ ਵੱਧ ਰੁਪਇਆ ਕਿੱਥੋਂ ਖਰਚਤਾ? ਦੇਖੋ ਜੀ, ਅਸੀਂ ਇਲੈਕਸ਼ਨ 'ਤੇ ਪੈਸਾ ਨਹੀਂ ਖਰਚਿਆ ਕੋਈ ਵੀ, ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਹੀ ਸਰਪੰਚ ਸੀਗਾ, 5 ਸਾਲ ਮੈਂ ਸਰਪੰਚੀ ਕੀਤੀ ਆ ਜੀ। ਪਿੰਡ ਦੇ ਵਿੱਚ ਬਹੁਤ ਵਧੀਆ ਮੇਰਾ ਸੁੱਖ ਰਿਹਾ ਲੋਕਾਂ ਦੇ ਨਾਲ, ਕਿਸੇ ਨਾਲ ਰਾਤ ਨੂੰ ਵੀ 1 ਵਜੇ 2 ਵਜੇ 3 ਵਜੇ ਮੈਂ ਆਪਣੀ ਗੱਡੀ ਲੈ ਕੇ ਬਿਨਾਂ ਕਿਸੇ ਖਰਚੇ ਤੋਂ ਮਤਲਬ ਲੋਕਾਂ ਦੇ ਨਾਲ ਜਾਂਦਾ ਸੀਗਾ, ਕਿਸੇ ਤੋਂ ਕੋਈ ਪੈਸਾ ਨਹੀਂ ਲਿਆ, ਕਿਸੇ ਕੰਮ ਦਾ ਨਹੀਂ ਲਿਆ, ਰਾਤ ਨੂੰ ਦਿਨੇ ਗੱਡੀ ਆਪਣੇ ਨਾਲ ਲਿਆਏ। ਉਹ ਮੇਰਾ 5 ਸਾਲ ਦਾ ਹਿਸਾਬ ਕਿਤਾਬ ਦੇਖ ਕੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਜੀ। ਖਰਚਾ ਅਸੀਂ ਕੋਈ ਨਹੀਂ ਕੀਤਾ, ਮੈਂ ਦਾਰੂ ਨੂੰ ਬਿਲਕੁਲ ਲਾਈਕ ਨਹੀਂ ਕਰਦਾ, ਪਰ ਉਹ ਖੁਸ਼ੀ ਦੇ ਵਿੱਚ ਮੇਰੇ ਚਾਚਾ ਜੀ ਨਾਲ ਕੇ ਬੈਠੇ ਸੀਗੇ, ਉਹਨੇ ਕਿਤੇ ਮਤਲਬ ਵੀ ਪੀਓ 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 ਤੁਸੀਂ, ਉਹ ਬੀਤੀ ਦੇ ਵਿੱਚ ਬਾਅਦ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਉਹਦਾ ਸਾਨੂੰ ਪਤਾ ਨਹੀਂ ਲੱਗਾ, ਬਾਕੀ ਸਾਨੂੰ ਸਵੇਰੇ ਜਾਣੀ ਕਿ ਪਤਾ ਲੱਗਾ ਵੀ ਆਹ ਵੀਡੀਓ ਰਾਤੀ ਬਣ ਕੇ ਸਾਡੀ ਉਹ ਚੜ ਗਈ ਆ, ਕਿਉਂਕਿ ਮੈਂ ਵੈਸੇ ਪੀਂਦਾ ਨਹੀਂ ਅਤੇ ਰਾਤ ਵੀ ਸਾਰੀ ਰਾਤ ਤਾਂ ਸੁਰਦੇ ਨਹੀਂ ਰਹੀ ਸਾਨੂੰ। ਅਤੇ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਡੀ ਵੀਡੀਓ ਬਣਾਈ ਕਿਹਨੇ? ਨਹੀਂ ਜੀ, ਪਤਾ ਨਹੀਂ ਲੱਗਾ ਤੁਹਾਨੂੰ? ਨਹੀਂ ਜੀ। ਅੱਛਾ, ਤੁਹਾਨੂੰ ਪਤਾ ਨਹੀਂ ਵੀ ਕਿਹਨੇ ਵੀਡੀਓ ਬਣਾਈ ਆ? ਹਾਂਜੀ, ਠੀਕ ਆ। ਅਤੇ ਜਿਹੜਾ ਤੁਸੀਂ 5 ਲੱਖ ਦੀ ਗੱਲ ਕਰ ਰਹੇ ਹੋ, ਅਤੇ ਤੁਸੀਂ ਕਹਿੰਦੇ ਵੀ 5 ਲੱਖ ਰੁਪਇਆ ਖਰਚਿਆ ਨਹੀਂ, ਠੀਕ ਹੈ ਨਾ, ਉਹ ਖੁਸ਼ੀ ਦੇ ਮੂਡ 'ਚ ਤੁਸੀਂ ਕਹਿ ਗਿਆ ਵੀ 5 ਲੱਖ ਰੁਪਇਆ ਖਰਚਿਆ? ਉਹ ਤਾਂ ਨਾ ਵਿਰੋਧੀਆਂ ਨੂੰ ਜਿਹੜਾ ਦਿਮਾਗ ਸੀਗਾ ਵੀ ਜਿੱਦਾਂ ਲੋਕ ਪਿੰਡ 'ਚ ਵੀ ਰੌਲਾ ਪਿਆ, ਵਿਰੋਧੀ ਕਹਿੰਦੇ ਜੀ ਨਹੀਂ ਪੈਸੇ ਖਰਚ ਕੇ ਕੀ ਕਰ ਲਿਆ ਉਹ ਕਰ ਲਿਆ, ਉਹ ਅਸੀਂ ਤਾਂ ਥੋੜ੍ਹਾ ਜਿਹਾ ਉਹਨਾਂ ਨੂੰ ਸੇਕ ਲਾਉਣ ਲਈ ਕਿਤੇ ਗੱਲਾਂ ਬਾਤਾਂ ਵੱਧ ਘੱਟ ਹੋ ਗਈਆਂ ਵੀ ਮਤਲਬ ਇੱਦਾਂ ਹੋਈ, ਬਾਕੀ ਤੁਸੀਂ ਮੇਰਾ ਬੈਂਕ ਅਕਾਊਂਟ ਦੇਖ ਸਕਦੇ, ਸਟੇਟਮੈਂਟ ਦੇਖ ਸਕਦੇ ਬੈਂਕ ਦੀ ਵੀ ਮੇਰੇ ਖਾਤੇ 'ਚੋਂ ਕਿੱਦਾਂ ਕਿੱਦਾਂ ਪੈਸਾ ਆਇਆ, ਪਰ ਮੇਰੇ ਘਰ ਵੀ ਕੰਮ ਵਗੈਰਾ ਚੱਲਦਾ ਹੈਗਾ ਟੈਲਾਂ ਦਾ, ਮੈਂ ਸਮਰਸੀਬਲ ਵੀ ਕਰਾਇਆ, ਉਹ ਵੀ ਮੈਂ ਮੁੰਡੇ ਲੇਬਰ ਮੇਰੀ ਲੱਗੀ, ਉਹਨਾਂ ਨੂੰ ਮੈਂ ਚੈੱਕ ਪੇਮੈਂਟਾਂ ਸਾਰੀਆਂ ਕੀਤੀਆਂ ਆ, ਉਹ ਤਾਂ ਕਿਸੇ ਟਾਈਮ ਵੀ ਮੇਰਾ ਨਗਰ ਅਕਾਊਂਟ ਹੈਗਾ ਬੈਂਕ ਦੇ ਵਿੱਚ, ਕੋਈ ਵੀ ਜਾ ਕੇ ਚੈੱਕ ਕਰ ਸਕਦਾ। ਬੁਲੰਦ ਟੀਵੀ ਲਈ ਫਿਲੌਰ ਤੋਂ ਪ੍ਰਭੂਪਾਲ ਦੀ ਰਿਪੋਰਟ।